ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਪੰਜਾਬੀ ਫਿਲਮ ਵਿੱਚ ਭਗਵਾਨ ਦੇ ਫਿਲਮਾਏ ਇੱਕ ਦ੍ਰਿਸ਼ ਦੇ ਵਿਰੋਧ ਵਿੱਚ ਭੁੱਖ ਹੜਤਾਲ ਤੇ ਬੈਠੇ ਸ਼ਿਵ ਸੈਨਾ ਆਗੂ ਤੇ ਇੱਕ ਕਾਰੋਬਾਰੀ ਨੇ ਹੁਣ ਅਦਾਲਤ ਦਾ ਭਗੌੜਾ ਹੋਣ ਦਾ ਇਲਜ਼ਾਮ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਇਲਜ਼ਾਮ ਲੱਗਣ ਤੋਂ ਬਾਅਦ ਸ਼ਿਵ ਸੈਨਾ ਆਗੂ ਭੁੱਖ ਹੜਤਾਲ ਛੱਡ ਕੇ ਰਫੂ ਚੱਕਰ ਵੀ ਹੋ ਗਿਆ। ਮੈਂ ਰੋਹਿਤ ਜੋਸ਼ੀ, ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਬਾਲਾ ਸਾਹਿਬ ਖੜਕ। ਕੀ ਕਰ ਰਹੇ ਨੇ ਜਿਹੜਾ ਤੁਸੀਂ ਭੁੱਖ ਹੜਤਾਲ ਦੇ? ਇਹ ਭੁੱਖ ਹੜਤਾਲ ਦਾ ਕਾਰਨ ਹੈਗਾ ਜੋ ਜੱਟ ਜੁਗਾੜੀ ਹੁੰਦੇ ਨੇ ਪੰਜਾਬੀ ਪਿਕਚਰ ਰਿਲੀਜ਼ ਹੋਣ ਵਾਲੀ ਸੀ, ਉਹਦੇ ਵਿੱਚ ਭਗਵਾਨ ਭੋਲੇ ਜੀ ਅਤੇ ਪਾਰਵਤੀ ਮਾਤਾ ਜੀ ਦਾ ਜਿਹੜਾ ਹੈਗਾ ਵਾ ਉਹ ਬੇਅਦਬੀ ਕੀਤੀ ਗਈ ਸੀ। ਉਹਦੇ ਬਿਹਾਫ ਦੇ ਉੱਪਰ ਆਪਾਂ ਡੀ ਸੀ ਪੀ ਸਾਹਿਬ ਨੂੰ ਜਿਹੜੀ ਹੈਗੀ ਇੱਕ ਕੰਪਲੇਂਟ ਦਿੱਤੀ ਗਈ ਸੀ, ਜਿਹਦੇ ਵਿੱਚ ਸਾਡੇ ਬਿਆਨ ਵੀ ਹੋ ਚੁੱਕੇ ਆ। ਉਹ ਬਿਆਨਾਂ ਦੇ ਬਿਹਾਫ ਦੇ ਉੱਪਰ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ, ਜਿਹਦੇ ਵਿੱਚ ਆਪਾਂ ਇਹ ਕਿਹਾ ਗਿਆ ਸੀ ਅਗਰ ਸੰਡੇ ਤੱਕ ਪਰਚਾ ਦਰਜ ਨਹੀਂ ਹੁੰਦਾ ਤਾਂ ਆਪਾਂ ਮੰਡੇ ਨੂੰ ਭੁੱਖ ਹੜਤਾਲ 'ਤੇ ਬੈਠਾਂਗੇ। ਇਸ ਕਾਰਨ ਮੈਂ ਭੁੱਖ ਹੜਤਾਲ 'ਤੇ ਜੋ ਕਿਹਾ ਗਿਆ ਸੀ ਉੱਥੇ ਬੈਠਾਂ। ਪਰ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੇਖੋ ਜੀ, ਸ਼ਨੀਵਾਰ ਤੱਕ ਜਿਹੜਾ ਹੈਗਾ ਸੀ ਇਹ ਪ੍ਰੋਟੈਸਟ, ਜਦੋਂ ਇਹ ਕੰਪਲੇਂਟ ਦਿੱਤੀ ਗਈ ਸੀ ਉਸ ਤੋਂ ਪਹਿਲਾਂ ਜੱਟ ਜੁਗਾੜੀ ਦੇ ਡਾਇਰੈਕਟਰ ਹੈ ਉਹਨੇ ਰਿਟਨ ਦੇ ਵਿੱਚ ਇੱਕ ਮਾਫੀਨਾਮਾ ਵਾਇਰਲ ਕੀਤਾ ਸੀ, ਜਿਹਦੇ ਵਿੱਚ ਉਹ ਬਕਾਇਦਾ ਲਿਖਿਆ ਗਿਆ ਸੀ ਕਿ ਮੈਂ ਮਾਫ਼ੀ ਮੰਗਦਾ ਵਾਂ ਸਮੂਹ ਸਮਾਜ ਵੱਲੋਂ ਜਾਂ ਕੁਛ ਵੀ। ਉਦੋਂ ਵੀ ਸਾਡੇ ਸੰਗਠਨ ਵੀ ਬਹਿ ਕੇ ਇਹੀ ਮੀਟਿੰਗ ਹੋਈ ਸੀ ਕਿ ਅਗਰ ਮਾਫ਼ੀ ਦੇਣੀ ਹੈ ਤਾਂ ਇਸ ਜਿਹੜਾ ਇਹਨਾਂ ਨੇ ਪ੍ਰੈਸ ਨੂੰ ਰਿਲੀਜ਼ ਕੀਤਾ ਜਾਂ ਤਾਂ ਇਸ ਤੋਂ ਦੇ ਦਿੱਤੀ ਜਾਵੇ। ਅਤੇ ਬਟ ਇਹਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਕਿ ਹਰ ਵਾਰ ਜਿਹੜਾ ਹੈਗਾ ਵਾ ਹਿੰਦੂ ਦੇਵੀ ਦੇਵਤਿਆਂ ਨੂੰ ਜਿਹੜਾ ਹੈਗਾ ਵਾ ਉਹਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਮੈਸੇਜ ਦੇਣਾ ਵਾਸਤੇ ਸਾਰਾ ਜਿਹੜਾ ਹੈਗਾ ਕੰਪਲੇਂਟ ਦਿੱਤੀ ਗਈ ਸੀ ਤਾਂ ਕਿ ਕੋਈ ਵੀ ਹਿੰਦੂ ਡਾਇਰੈਕਟਰ ਜਿਹੜਾ ਹੈਗਾ ਹਿੰਦੂ ਦੇਵੀ ਦੇਵਤਾ ਦਾ ਕੋਈ ਨਿਰਾਦਰ ਨਾ ਕਰੇ। ਇਹ ਮੈਸੇਜ ਜਾਵੇ, ਪਰਚਾ ਦਰਜ ਹੋਣ ਤੋਂ ਬਾਅਦ ਉਹ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਜਾਵੇ ਤਾਂ ਕਿ ਇਹ ਸਾਰੀ ਇੰਡਸਟਰੀ ਨੂੰ ਪਤਾ ਲੱਗੇ ਕਿ ਹਿੰਦੂ ਸਮਾਜ ਜਿਹੜਾ ਹੈਗਾ ਸੁੱਤਾ ਨਹੀਂ ਹੋਇਆ। ਜਦੋਂ ਵੀ ਤੁਸੀਂ ਉਹਨਾਂ ਦੀ ਬੇਅਦਬੀ ਕਰੋਗੇ ਉਹ ਇੱਦਾਂ ਹੀ ਪ੍ਰੋਟੈਸਟ ਕਰਕੇ ਤੁਹਾਡੇ 'ਤੇ ਪਰਚਾ ਦਰਜ ਕਰਾਏਗਾ, ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਅੰਦਰ ਉਹਦੇ ਵਿੱਚ ਧਕੇਲੇਗਾ, ਜੇਲ੍ਹ ਦੀਆਂ ਸਲਾਖਾਂ ਅੰਦਰ ਧਕੇਲੇਗਾ। ਇਸ਼ਕੀਰਤ ਸਿੰਘ ਅਤੇ ਇਹ ਰੋਹਿਤ ਜੋਸ਼ੀ ਨੇ ਸਾਡੇ ਕੋਲੋਂ 2 ਸਾਲ ਪਹਿਲਾਂ ਮਟੀਰੀਅਲ ਲਿਆ ਸੀਗਾ ਸੇਲ ਵਾਸਤੇ, ਅਤੇ 2 ਸਾਲ ਹੋ ਗਏ, ਅੱਜ ਦੀ ਪੇਮੈਂਟ ਹਾਲ ਤੱਕ ਸਾਨੂੰ ਨਹੀਂ ਰਿਸੀਵ ਹੋਈ। ਇਹ ਚੈੱਕ ਸਾਡੇ ਕੋਲ ਸੀਗੇ, ਅਸੀਂ ਇਹ ਜਿਹੜਾ ਕੇਸ ਕੀਤਾ ਹੋਇਆ ਆਪਣਾ ਚੈੱਕ ਬਾਊਂਸਿੰਗ ਵਾਲਾ, ਅਤੇ ਉਹਦਾ ਉਹਦੇ ਵਿੱਚ ਇਹ ਪੀ ਓ ਡਿਕਲੇਅਰ ਹੈ, ਅਤੇ ਇਸ ਲਈ ਅੱਜ ਇੱਥੇ ਆਏ ਹਾਂ ਇਕੱਠੇ ਹੋ ਕੇ। ਕੀ ਮਾਲ ਦਿੱਤਾ ਸੀ ਤੁਸੀਂ? ਅਸੀਂ ਇਹਨੂੰ ਇੰਟੈਕਸ ਬ੍ਰਾਂਡ ਦੀਆਂ ਐੱਲ ਈ ਡੀਆਂ ਦਿੱਤੀਆਂ ਸੀਗੀਆਂ 28 ਪੀਸ। ਕਿੰਨੇ ਪੈਸੇ ਬਣਦੇ ਸੀ? ਤਕਰੀਬਨ 2.5 ਪੌਣੇ 3 ਲੱਖ। ਕੋਰਟ 'ਚ ਕੇਸ ਲਗਾਇਆ ਸੀ? ਹਾਂਜੀ, ਕੋਰਟ 'ਚ ਕੇਸ ਲਗਾ ਦਿੱਤਾ। ਹੁਣ ਕੀ ਫੈਸਲਾ ਆਇਆ? ਫੈਸਲਾ ਹੋਇਆ ਕਿ ਇਹ ਪੀ ਓ ਡਿਕਲੇਅਰ ਹੋਇਆ ਜੀ, ਇਹ ਹਾਲ ਤਾਂ ਹੀ ਪੇਸ਼ ਨਹੀਂ ਹੋਇਆ। ਅੱਛਾ, ਕੋਰਟ ਨਾ ਪੇਸ਼ ਹੋਇਆ ਤਾਂ ਕੋਰਟ ਨੇ ਇਹਨੂੰ ਪੀ ਓ ਡਿਕਲੇਅਰ ਕਰ? ਹਾਂਜੀ ਹਾਂਜੀ ਜੀ, ਅਸੀਂ ਮੈਨੂੰ ਲੱਭਿਆ ਬੜੀ ਮੁਸ਼ਕਿਲ ਦੇ ਨਾਲ, ਮੈਂ ਤਾਂ ਦੇਖਣ ਆਇਆ, ਗੱਲ ਕਰਨ ਆਇਆ, ਅਤੇ ਜੇ ਕੋਰਟ 'ਚ ਬਾਕੀ ਦੇਖਦੇ ਪੈਸੇ ਪੂਸੇ ਦਿੰਦਾ ਤਾਂ ਕਿੱਦਾਂ ਹੁੰਦਾ। ਰੁਕਰਦਾ ਦਿੱਲੀਵਾਲ, ਜਿੱਥੋਂ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਇੱਕ ਸੁਰੱਖਿਆ ਗਾਰਡ ਹੁਣ ਇੱਕ ਵਿਦਿਆਰਥੀ ਬਣ ਕੇ ਕਲਾਸਿਸ ਵਿੱਚ ਹਿੱਸਾ ਲੈਣ ਦੀ ਤਿਆਰੀ ਵਿੱਚ ਹੈ। ਜੀ ਹਾਂ, ਦਰਅਸਲ ਜੇ ਐਨ ਯੂ ਵਿੱਚ ਗਾਰਡ ਦੀ ਨੌਕਰੀ ਕਰ ਰਹੇ ਰਾਮਜਲ ਮੀਣਾ ਨੇ ਦਿਨ ਰਾਤ ਮਿਹਨਤ ਕਰਕੇ ਦਾਖਲੇ ਦੀ ਪ੍ਰੀਖਿਆ ਪਾਸ ਕਰ ਲਈ ਹੈ। ਜ਼ਿਕਰਯੋਗ ਹੈ ਕਿ ਰਾਮਜਲ ਪਿਛਲੇ 5 ਸਾਲਾਂ ਤੋਂ ਜੇ ਐਨ ਯੂ ਵਿੱਚ ਗਾਰਡ ਦੀ ਨੌਕਰੀ ਕਰ ਰਿਹਾ ਹੈ ਅਤੇ ਉਹ ਨੌਕਰੀ ਦੇ ਨਾਲ ਨਾਲ ਦਾਖਲੇ ਦੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਸੀ ਅਤੇ ਹੁਣ ਉਸਨੇ ਪ੍ਰੀਖਿਆ ਪਾਸ ਵੀ ਕਰ ਲਈ ਹੈ। ऐसे गांव से 250 घर की बस्ती है, ओपी से धार्मिक स्थान मेहंदीपुर बालाजी है, उसके पास मेरा गांव है बजेड़ा, तहसील टोडा भीम, जिला करौली। तो मैंने 12th से पहले मैं वैसे पढ़ने में बहुत होशियार था, मुझे इनामें मिलती थी, क्लास में फर्स्ट पोजीशन आता था। और उसके बाद मैं 12th साइंस बायोलॉजी से पास किया 2002 में गवर्नमेंट सीनियर सेकेंडरी स्कूल से। यहाँ का माहौल देखा, यहाँ बहुत अच्छा पढ़ाई का माहौल है, वो मुझे वैसा ही जैसे मैं चाह रहा था वैसा ही माहौल यहाँ मिला, और फिर मैंने मेरा भी मन किया कि मुझे आगे और पढ़ना चाहिए। ਰੇਲਵੇ ਸਟੇਸ਼ਨ ਪਹੁੰਚਣ ਤੇ ਰੇਲ ਨਾਲ ਸੰਬੰਧਿਤ ਘੋਸ਼ਣਾਵਾਂ ਵਾਰ ਵਾਰ ਸੁਣਾਈ ਦਿੰਦੀਆਂ ਨੇ ਜੋ ਕਿ ਮੁਸਾਫਰਾਂ ਲਈ ਕਾਫੀ ਮਹੱਤਵਪੂਰਨ ਵੀ ਹੁੰਦੀਆਂ ਨੇ। ਗੱਲ ਕਰੀਏ ਦਿੱਲੀ ਦੀ ਤਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀਆਂ ਇਹਨਾਂ ਘੋਸ਼ਣਾਵਾਂ ਨੂੰ ਕਰਨ ਵਾਲਾ ਸ਼ਖਸ ਕੋਈ ਆਮ ਸ਼ਖਸ ਨਹੀਂ ਹੈ। ਜੀ ਹਾਂ, ਦੇਵਰਾਜ ਜੋ ਦਿਵਿਆਂਗ ਹੋਣ ਦੇ ਬਾਵਜੂਦ ਸਾਲ 1990 ਤੋਂ ਲਗਾਤਾਰ ਮੁਸਾਫਰਾਂ ਨੂੰ ਰੇਲ ਨਾਲ ਸੰਬੰਧਿਤ ਜਾਣਕਾਰੀ ਬਿਨਾਂ ਕਿਸੇ ਗਲਤੀ ਦੇ ਰਿਹਾ ਹੈ। ਟ੍ਰੈਫਿਕ ਕੰਟਰੋਲ ਰੂਮ ਵਿੱਚ ਆਪਣੇ ਸਾਥੀਆਂ ਦੇ ਨਾਲ ਬਿਹਤਰ ਤਾਲਮੇਲ ਬਿਠਾਉਣਾ ਅਤੇ ਫਿਰ ਸੂਚਨਾਵਾਂ ਨੂੰ ਇਕੱਠਾ ਕਰਕੇ ਝਟਪਟ ਲੋਕਾਂ ਤੱਕ ਪਹੁੰਚਾਉਣਾ, ਇਹੀ ਉਹਨਾਂ ਦਾ ਕੰਮ ਹੈ ਅਤੇ ਉਹ ਇਸ ਵਿੱਚ ਆਪਣੀ ਯੋਗਤਾ ਨੂੰ ਸਾਬਤ ਵੀ ਕਰ ਰਿਹਾ। ਸਹੀ ਬਤਾਉਂ ਤਾਂ ਰੇਲਵੇ ਨੇ ਇੱਕ ਬਹੁਤ ਅੱਛਾ ਕਦਮ ਉਠਾਇਆ ਹੈਂਡੀਕੈਪ ਕੇ ਪ੍ਰਤੀ, ਜਿਨ੍ਹਾਂ ਨੇ ਜਿਨਕੋ ਆਜ ਦਿਵਿਆਂਗ ਕਹਾ ਜਾਤਾ ਹੈ। ਰੇਲਵੇ ਜਿਸ ਨੇ ਜਬ ਸੇ ਨੌਕਰੀ ਦੀ ਹੈ, ਇਸ ਸੇ ਹਮਾਰੀ ਦਿਨਚਰਿਆ ਜੋ ਘਰ ਮੇਂ ਬੀਤੀ ਥੀ ਆਜ ਹਮ ਕਾਰ ਮੇਂ ਇਸਮੇਂ ਪੂਰੇ ਉਸਮੇਂ काम में बिता देते हैं। रेलवे में सेवा करने का मुझे मौका मिला, मैं यहाँ 2014 में भावनगर वर्कशॉप में आया और तब से मैं यहाँ पर कार्यरत हूँ। समस्त स्टाफ हमारा पूरा सहयोग करता है, हमारे व्हीकल पासिंग के लिए मतलब हमें पूरा अलॉट कर रखा है कि आप व्हीकल को ला सकते हो, ले जा सकते हो।